YouTube ਚੈਨਲ C5 ਪੰਥ ਖਾਲਸਾ ਤੋਂ ਤੁਹਾਡਾ ਆਪਣਾ ਤਿੰਦਰਪਾਲ ਸਿੰਘ ਸਮੂਹ ਦਰਸ਼ਕਾਂ ਦਾ ਸਵਾਗਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨਾਂ ਵਿੱਚ ਅੰਤਰਿੰਗ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਝ ਮਤੇ ਪਾਸ ਕੀਤੇ। ਮੇਰੀ ਸਮਝ ਤੋਂ ਬਾਹਰ ਹੈ ਕਿ ਉਹ ਕਿਵੇਂ ਮਤੇ ਪਾਸ ਕਰਦੇ ਨੇ ਅਤੇ ਕਿਉਂ ਨਹੀਂ ਗੁਰਮਤ ਅਨੁਸਾਰ ਵਿਚਾਰਦੇ। ਮੈਂ ਇਹ ਦੋ ਮਤਿਆਂ ਦੇ ਸੰਬੰਧ ਵਿੱਚ ਤੁਹਾਡੇ ਨਾਲ ਚਰਚਾ ਕਰਨੀ ਚਾਹਾਂਗਾ। ਪਹਿਲਾ ਮਤਾ ਤਾਂ ਹੈਗਾ ਕਿ ਤਿੰਨ ਗ੍ਰੰਥੀਆਂ ਦੀ ਉਹਨਾਂ ਨੇ ਨਿਯੁਕਤੀ ਕਰਨੀ ਸੀ ਅਤੇ ਮੈਂ ਦੱਸਿਆ ਸੀ ਬਈ ਤਿੰਨ ਗ੍ਰੰਥੀ ਤਿੰਨ ਡੇਰੇਦਾਰਾਂ ਨੂੰ ਵੰਡੇ ਗਏ ਨੇ ਅਤੇ ਉਸ 'ਤੇ ਰੋਕ ਲਾਈ ਉਹਨਾਂ ਨੇ। ਪਰ ਇੱਕ ਗ੍ਰੰਥੀ ਜਿਹੜਾ ਕਿ ਬੁੱਟਰ ਸਾਹਿਬ ਨੇ, ਉਹਨਾਂ ਉਹ ਧੁੰਮੇ ਸਾਹਿਬ ਦੇ ਸਿਫਾਰਸ਼ੀ ਨੇ ਅਤੇ ਕਥਿਤ ਤੌਰ 'ਤੇ ਅਜਿਹਾ ਕਿਹਾ ਜਾਂਦਾ ਕਿ ਉਹ ਦਮਦਮੀ ਟਕਸਾਲ ਅਤੇ ਧੁੰਮੇ ਸਾਹਿਬ ਵੱਲੋਂ ਪ੍ਰਾਯੋਜਿਤ ਨੇ। ਪਰ ਉਹਨਾਂ ਨੇ ਟੈਸਟ ਪਾਸ ਕੀਤਾ ਅਤੇ ਟੈਸਟ ਪਾਸ ਕਰਨ ਤੋਂ ਬਾਅਦ ਉਹਨਾਂ ਨੂੰ ਨਿਯੁਕਤੀ ਦਿੱਤੀ ਗਈ ਹੈ। ਇੱਕ ਹੋਰ ਦਮਦਮਾ ਸਾਹਿਬ ਦੇ ਅਰਦਾਸੀਆ ਸਿੰਘ ਜੀ ਨੂੰ, ਜਿਹੜੇ ਪੰਜ ਪਿਆਰਿਆਂ ਵਿੱਚ ਵੀ ਸ਼ਾਮਿਲ ਹੁੰਦੇ ਸੀ, ਉਹਨਾਂ ਨੂੰ ਵੀ ਨਿਯੁਕਤੀ ਪੱਤਰ ਦਿੱਤਾ। ਇੱਕ ਚੰਗੀ ਗੱਲ ਹੈ। ਹੁਣ ਦੇਖਣ ਵਾਲੀ ਗੱਲ ਇਹ ਬਣੇਗੀ ਕਿ ਜਿਹੜੇ ਕਥਿਤ ਤੌਰ 'ਤੇ ਦਮਦਮੀ ਟਕਸਾਲ ਦੇ ਨੁਮਾਇੰਦੇ ਨੂੰ ਗ੍ਰੰਥੀ ਸਿੰਘ ਜੀ ਵੱਲੋਂ ਚੁਣਿਆ ਗਿਆ, ਉਹ ਗੋਲ ਪੱਗ ਬੰਨਦੇ ਨੇ ਅਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿੱਖ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ। ਕੀ ਅਜਿਹੇ ਵਿਅਕਤੀ ਨੂੰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਤ ਮਰਿਆਦਾ ਨੂੰ ਹੀ ਨਹੀਂ ਮੰਨਦਾ, ਉਸ ਨੂੰ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਨਿਯੁਕਤੀ ਦੇ ਸਕਦੇ ਹੋ? ਸਵਾਲ ਬਹੁਤ ਵੱਡਾ ਅਤੇ ਬਹੁਤ ਗੰਭੀਰ ਸਵਾਲ ਹੈ। ਇਸ ਸਵਾਲ 'ਤੇ ਪੰਥ ਨੂੰ ਵੀ ਵਿਚਾਰ ਕਰਨੀ ਚਾਹੀਦੀ ਹੈ। ਵਿਚਾਰ ਇਸ ਲਈ ਵੀ ਕਰਨੀ ਚਾਹੀਦੀ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਹੀ ਅਜਿਹਾ ਇੱਕ ਮੁੱਦਾ ਪਹਿਲਾਂ ਵੀ ਸਾਹਮਣੇ ਆ ਚੁੱਕਾ ਹੈ। ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਨਿਯੁਕਤ ਹੋਏ ਸਨ। ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਦੀ ਨਿਯੁਕਤੀ ਨੂੰ ਇਸ ਲਈ ਰੱਦ ਕੀਤਾ ਗਿਆ ਸੀ ਅਤੇ ਉਹਨਾਂ ਨੂੰ ਪਦ ਤੋਂ ਇਸ ਲਈ ਹਟਾਇਆ ਗਿਆ ਸੀ ਕਿਉਂਕਿ ਉਹ ਗੋਲ ਪੱਗ ਬੰਨਦੇ ਨੇ। ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀ ਰਵਾਇਤ ਅਤੇ ਜਿਹੜੀ ਵਰਦੀ ਹੈ ਉਸ ਮੁਤਾਬਕ ਚੁੰਝ ਵਾਲੀ ਪੱਗ, ਜਾਂ ਜਿਵੇਂ ਮੈਂ ਪੱਗ ਬੰਨੀ ਹਾਂ, ਬਾਕੀ ਸਿੰਘ ਸਾਹਿਬਾਨ ਦਾ ਜਿਹੜਾ ਸਟਾਈਲ ਪੱਗ ਦਾ ਹੋ ਗਿਆ, ਉਵੇਂ ਪੱਗ ਬੰਨਣ ਤੋਂ, ਦਸਤਾਰ ਸਜਾਉਣ ਤੋਂ ਉਹਨਾਂ ਨੇ ਮਨ੍ਹਾ ਕਰ ਦਿੱਤਾ ਸੀ। ਇਸ ਲਈ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ। ਹੁਣ ਗਿਆਨੀ ਬੁੱਟਰ ਜੀ ਬਾਰੇ ਕੀ ਵਿਚਾਰ ਹੁੰਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਮੇਰਾ ਫਰਜ਼ ਸੀ ਮੈਂ ਸਿੱਖ ਸੰਗਤਾਂ ਨੂੰ ਸਹੀ ਦ੍ਰਿਸ਼ਟੀਕੋਣ ਤੋਂ ਆਉਣ ਵਾਲੀਆਂ ਸਹੀ ਸਮੱਸਿਆਵਾਂ ਦੇ ਰੂਬਰੂ ਕਰਦਾ। ਦੂਸਰਾ ਮਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਸ ਕੀਤਾ ਹੈ ਕਿ ਸ਼੍ਰੀ ਰਾਹੁਲ ਗਾਂਧੀ ਨੇ ਲੋਕ ਸਭਾ ਵਿੱਚ ਆਪਣੀ ਸਪੀਚ ਦੇ ਦੌਰਾਨ ਫੋਟੋ ਸਤਿਗੁਰ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਦੱਸੀ ਜਾਂਦੀ ਦਿਖਾ ਕੇ ਅਭੈ ਮੁਦਰਾ ਦੀ ਗੱਲ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦਾ ਰਾਜਨੀਤੀਕਰਨ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦਾ ਇਸ ਢੰਗ ਨਾਲ ਵਰਣਨ ਕਰਨਾ ਗਲਤ ਹੈ ਅਤੇ ਅਸੀਂ ਉਸ ਦੀ ਨਿਖੇਧੀ ਕਰਦੇ ਹਾਂ। ਇਸ 'ਤੇ ਗੰਭੀਰ ਚਰਚਾ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਹੀ ਜ਼ਰੂਰੀ ਨੁਕਤਾ ਹੈ। ਜਿਹੜੀ ਸਿੱਖ ਕੌਮ ਸੰਤ ਅਤੇ ਸਿਪਾਹੀ, ਮੀਰੀ ਅਤੇ ਪੀਰੀ ਦੇ ਸਿਧਾਂਤ 'ਤੇ ਖੜ੍ਹੀ ਹੈ,
ਉਸ ਸਿੱਖ ਕੌਮ ਦੇ ਸਿਧਾਂਤਾਂ ਨੂੰ ਕਿ ਰਾਜਸੀ ਮੰਤਵਾਂ ਅਨੁਸਾਰ ਵਿਆਖਿਅਤ ਕੀਤਾ ਜਾ ਸਕਦਾ ਕਿ ਨਹੀਂ ਕੀਤਾ ਜਾ ਸਕਦਾ। ਅਰਥਾਤ ਜਿਹੜਾ ਸੰਕਲਪ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਪਾਤਸ਼ਾਹੀਆਂ ਨੇ ਦਿੱਤਾ ਕਿ ਧਰਮ ਬਿਨਾਂ ਨਾ ਰਾਜ ਚੱਲਿਆ ਹੈ। ਅੱਜ ਇਹ ਇੱਕ ਆਪਣੀ ਚਿੱਠੀ ਲਿਖੀ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ, ਉਹਦੇ ਉੱਤੇ ਵੀ ਇਹ ਤੁੱਕ ਉਹਨਾਂ ਨੇ ਲਿਖੀ ਹੈ। ਚਲੋ ਮੈਂ ਇਸ ਗੱਲ ਨੂੰ ਵੀ ਛੱਡਦਾ, ਪਰ ਕੀ ਇਸ ਸੰਕਲਪ ਨੂੰ ਅਸੀਂ ਧਰਮ ਦੇ ਅਧੀਨ ਰਾਜ ਨੂੰ ਲਿਆਉਣ ਵਾਸਤੇ ਵਰਤ ਸਕਦੇ ਹਾਂ ਕਿ ਨਹੀਂ ਵਰਤ ਸਕਦੇ? ਜਿਸ ਧਰਮ ਦਾ ਸੰਕਲਪ ਹੀ ਇਹ ਹੋਏ ਕਿ ਧਰਮ ਦਾ ਕੁੰਡਾ ਰਾਜਨੀਤੀ 'ਤੇ ਰਹਿਣਾ ਚਾਹੀਦਾ ਹੈ, ਤਾਂ ਰਾਜਨੀਤੀ ਵੇਸਵਾ ਦਾ ਕੋਠਾ ਬਣਨ ਤੋਂ ਬਚਦੀ ਹੈ। ਗੱਲ ਬੜੀ ਸਪਸ਼ਟ ਜੇ, ਅਤੇ ਫਿਰ ਕੀ ਉਸ ਧਰਮ ਦੇ ਅਨੁਯਾਈ ਇਹ ਕਹਿ ਸਕਦੇ ਨੇ ਕਿ ਗੁਰਬਾਣੀ ਦੀਆਂ ਜਾਂ ਗੁਰੂ ਫਲਸਫੇ ਦੀਆਂ ਜਾਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ ਨੂੰ ਰਾਜਨੀਤਿਕ ਮੰਤਵਾਂ ਲਈ ਨਹੀਂ ਵਰਤਿਆ ਜਾਣਾ ਚਾਹੀਦਾ? ਸਵਾਲ ਹੈ ਬਹੁਤ ਵੱਡਾ। ਔਰ ਅਗਰ ਇਹੋ ਗੱਲ ਸਹੀ ਹੈ ਜੋ ਅੰਤਰਿੰਗ ਕਮੇਟੀ ਨੇ ਮਤਾ ਪਾਸ ਕੀਤਾ, ਇਸ ਮੁੱਦੇ 'ਤੇ ਸਾਰੇ ਸਿੱਖ ਚਿੰਤਕਾਂ ਨੂੰ ਬੋਲਣਾ ਚਾਹੀਦਾ, ਕਥਾ ਵਾਚਕਾਂ ਨੂੰ, ਪ੍ਰਚਾਰਕਾਂ ਨੂੰ ਬੋਲਣਾ ਚਾਹੀਦਾ। ਉਹਨਾਂ ਦੀ ਪਹਿਲੀ ਡਿਊਟੀ ਬਣਦੀ ਹੈ। ਦੂਸਰੀ ਡਿਊਟੀ ਹੋਰ ਮੇਰੇ ਵਰਗੇ ਕੂਕਰਾਂ ਦੀ ਬਣਦੀ ਹੈ। ਅਸੀਂ ਪਹਿਲੇ ਦਰਜੇ 'ਚ ਨਹੀਂ ਆਉਂਦੇ, ਅਸੀਂ ਤਾਂ ਗੁਰੂ ਘਰ ਦੇ ਕੂਕਰ ਹਾਂ। ਅਤੇ ਇਹਨਾਂ ਨੂੰ ਇਸ ਮੁਤੱਲਕ ਬਾਕਾਇਦਾ ਸੰਕਲਪ ਦੀ ਕਥਾ ਕਰਨੀ ਚਾਹੀਦੀ ਹੈ ਹੁਣ। ਔਰ ਜੇ ਉਹ ਨਹੀਂ ਕਰਦੇ ਤਾਂ ਉਹ ਆਪਣੇ ਧਰਮ ਦੇ ਏਜੰਡੇ ਤੋਂ ਮੁਨਕਰ ਹੁੰਦੇ ਨੇ। ਹੁਣ ਜੇ ਜਿਹੜਾ ਮਤਾ ਇਹਨਾਂ ਨੇ ਪਾਸ ਕਰ ਦਿੱਤਾ, ਉਸ ਮਤੇ ਦੇ ਲਿਹਾਜ਼ ਨਾਲ ਰਾਹੁਲ ਗਾਂਧੀ ਨੇ ਗਲਤੀ ਕੀਤੀ ਹੈ ਦਰਸਾ ਰਹੇ ਨੇ। ਅਤੇ ਜਿਸ ਵੇਲੇ ਅਜਿਹੀਆਂ ਗੱਲਾਂ ਰਾਸ਼ਟਰੀ ਸਿੱਖ ਸੰਗਤ ਕਰਦੀ ਹੈ, ਅਜਿਹੀਆਂ ਗੱਲਾਂ ਭਾਜਪਾ ਵਾਲੇ ਕਰਦੇ ਨੇ, ਅਜਿਹੇ ਭਾਸ਼ਣ ਅਤੇ ਅਜਿਹੀ ਗੁਰਬਾਣੀ ਨੂੰ ਪ੍ਰਧਾਨ ਮੰਤਰੀ ਜੀ ਇਸਤੇਮਾਲ ਕਰਦੇ ਨੇ, ਜਿਸ ਵੇਲੇ ਪ੍ਰਧਾਨ ਮੰਤਰੀ ਜੀ ਤੁਹਾਡੇ ਧਾਰਮਿਕ ਲੀਡਰਾਂ ਨੂੰ ਆਪਣੇ ਘਰ ਬੁਲਾ ਕੇ ਰਾਤ ਲੰਚ ਜਾਂ ਡਿਨਰ ਜਾਂ ਚਾਹ ਪਿਆਉਂਦੇ ਨੇ, ਉਦੋਂ ਧਰਮ ਦੀ ਤੋਹੀਨ ਤੁਹਾਨੂੰ ਨਜ਼ਰ ਕਿਉਂ ਨਹੀਂ ਆਉਂਦੀ? ਗੱਲ ਬਿਲਕੁਲ ਸਪਸ਼ਟ ਅਤੇ ਸਿੱਧੀ ਹੈ। ਜਦੋਂ ਅਕਾਲੀ ਦਲ ਵਾਲੇ ਇਹੀ ਗੁਰਬਾਣੀ ਦੀਆਂ ਤੁਕਾਂ ਆਪਣੇ ਸਟੇਜਾਂ 'ਤੇ ਗਾਇਨ ਕਰਦੇ ਨੇ, ਮੰਜੀ ਸਾਹਿਬ 'ਤੇ ਮੋਰਚੇ ਲਾਉਣ ਵੇਲੇ ਜਿਸ ਵੇਲੇ ਇਹਨਾਂ ਸਾਰੀਆਂ ਤੁਕਾਂ ਦਾ ਵਰਣਨ ਕੀਤਾ ਜਾਂਦਾ ਹੈ ਔਰ ਇਹਨਾਂ ਸਿਧਾਂਤਾਂ ਦਾ ਵਰਣਨ ਕੀਤਾ ਜਾਂਦਾ ਹੈ, ਤਾਂ ਉਸ ਵੇਲੇ ਤੁਹਾਨੂੰ ਬੰਦਸ਼ ਲਾਉਣੀ ਕਿਉਂ ਨਹੀਂ ਯਾਦ ਰਹਿੰਦੀ? ਜਿਸ ਵੇਲੇ ਸ਼੍ਰੋਮਣੀ ਅਕਾਲੀ ਦਲ ਆਪਣੀ ਤਕੜੀ ਨੂੰ ਗੁਰੂ ਨਾਨਕ ਦੀ ਤਕੜੀ ਦੱਸਦਾ ਹੈ, ਉਸ ਵੇਲੇ ਤੁਹਾਨੂੰ ਬੰਦਸ਼ ਲਾਉਣੀ ਕਿਉਂ ਨਹੀਂ ਯਾਦ ਆਉਂਦੀ? ਜਿਸ ਵੇਲੇ ਰਾਜਾ ਵੜਿੰਗ ਦੀ ਪਤਨੀ ਪੰਜੇ ਦੇ ਨਿਸ਼ਾਨ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੱਥ ਦੇ ਨਿਸ਼ਾਨ ਨਾਲ ਸੰਬੋਧਨ ਕਰਦੀ ਹੈ, ਉਸ ਵੇਲੇ ਤੁਹਾਨੂੰ ਪਾਬੰਦੀ ਲਾਉਣੀ ਕਿਉਂ ਨਹੀਂ ਯਾਦ ਆਉਂਦੀ? ਇਸ ਲਈ ਕਿ ਉਸ ਵਿੱਚ ਫਿਰ ਅਕਾਲੀ ਦਲ ਵੀ ਪੀੜਿਆ ਜਾਂਦਾ, ਨਪੀੜਿਆ ਜਾਂਦਾ। ਮੈਂ ਤੁਹਾਨੂੰ ਦੱਸਦਾ ਕਿ ਅਕਾਲੀ ਦਲ ਨੇ ਵੀ ਆਰੰਭ ਵਿੱਚ ਆਪਣੀ ਜਿਹੜੀ ਇੱਕ ਚੋਣ ਸੀ, ਦੋ ਚੋਣਾਂ, ਇੱਕ ਨਹੀਂ ਦੋ ਚੋਣਾਂ, ਹੋ ਸਕਦਾ ਉਸ ਤੋਂ ਬਾਅਦ ਵੀ ਲੜੀਆਂ ਹੁਣ, ਮੈਨੂੰ ਦੋ ਦਾ ਪਤਾ, ਉਹਨੇ ਵੀ ਹੱਥ ਦੇ ਨਿਸ਼ਾਨ ਅਰਥਾਤ ਪੰਜਾਂ ਚੋਣ ਨਿਸ਼ਾਨ ਉਹਨਾਂ ਨੂੰ ਵੀ ਮਿਲਿਆ ਸੀ ਆਰੰਭ ਦੀਆਂ, ਉਹਨਾਂ ਨੇ ਵੀ
ਇਸੇ ਨਿਸ਼ਾਨ 'ਤੇ ਲੜੀਆਂ ਨੇ। ਅਤੇ ਉਸ ਵੇਲੇ ਫਿਰ ਕੀ ਕਿਹਾ ਸਾਡੇ ਲੀਡਰਾਂ ਨੇ? ਇਹ ਗੱਲਾਂ ਇਸ ਕਦਰ ਸਿੱਖ ਕੌਮ ਨੂੰ ਨਮੋਸ਼ੀ 'ਚ ਲੈ ਕੇ ਜਾਂਦੀਆਂ ਨੇ ਔਰ ਬਦਨਾਮੀ ਦਾ ਬਾਇਸ ਬਣਾਉਂਦੀਆਂ ਨੇ, ਜਿਸ ਵਾਸਤੇ ਸਾਡੇ ਲੀਡਰਾਂ ਦੀ ਜਵਾਬਦੇਹੀ ਨੀਅਤ ਕਰਨੀ ਬੜੀ ਜ਼ਰੂਰੀ ਹੈ। ਮੈਂ ਬੜਾ ਸਪੱਸ਼ਟ ਕਰਨਾ ਚਾਹੁੰਦਾ, ਮੈਂ ਨਾ ਤਾਂ ਕਾਂਗਰਸ ਪੱਖੀ ਹਾਂ, ਨਾ ਰਾਹੁਲ ਪੱਖੀ ਹਾਂ, ਨਾ ਮੈਂ ਭਾਜਪਾ ਪੱਖੀ ਹਾਂ। ਮੈਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਸਾਹਿਬ ਜੀ ਦੇ ਨਾਲ ਜੁੜਿਆ, ਗੁਰੂ ਗ੍ਰੰਥ ਅਤੇ ਗੁਰੂ ਪੰਥ ਪੱਖੀ ਹਾਂ ਅਤੇ ਮੇਰਾ ਧੜਾ ਗੁਰੂ ਹੈ, ਗੁਰਬਾਣੀ ਹੈ। ਕੋਈ ਵਿਅਕਤੀ, ਕੋਈ ਸਿਆਸੀ ਧੜਾ ਮੇਰਾ ਧੜਾ ਨਹੀਂ ਹੈ। ਇਸ ਲਈ ਗੱਲ ਬੜੀ ਸਪੱਸ਼ਟ ਅਤੇ ਸਿੱਧੇ ਤੌਰ 'ਤੇ ਕਰਨ ਦਾ ਅਧਿਕਾਰੀ ਵੀ ਹਾਂ ਅਤੇ ਸਤਿਗੁਰ ਨੇ ਦਾਸ 'ਤੇ ਮਿਹਰ ਵੀ ਰੱਖੀ ਹੋਈ ਹੈ। ਜਦ ਤੱਕ ਅਕਾਲ ਪੁਰਖ ਦੀ ਮਿਹਰ ਹੈ, ਦਾਸ ਆਪਣੀ ਗੱਲ ਦੋ ਟੂਕ ਅਤੇ ਸੱਚ ਦੇ ਲਹਿਜੇ 'ਚ ਕਰਦਾ ਰਹੇਗਾ। ਹੁਣ ਇਹ ਕੋਈ ਮੈਂ ਰਾਹੁਲ ਗਾਂਧੀ ਦੀ ਹਮਾਇਤ ਨਹੀਂ ਕਰ ਰਿਹਾ, ਮੈਂ ਆਪਣੇ ਧਰਮ ਦੇ ਬਚਾਅ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਸਵਾਲ ਕਰ ਰਿਹਾ। ਸਵਾਲ ਬੜਾ ਸਪੱਸ਼ਟ ਹੈ। ਜਿਸ ਵੇਲੇ ਭਾਈ ਗੁਰਦਾਸ ਜੀ ਆਪਣੇ ਕਵਿਤ 'ਚ ਕਹਿੰਦੇ ਨੇ, ਜੈਸਾ ਰਾਜਾ ਧਰਮ ਸਰੂਪ ਰਾਜਨੀਤੀ ਵਿਖੈ, ਤਾਂ ਕਿ ਦੇਸ ਪ੍ਰਜਾ ਬਸਤ ਸੁੱਖ ਪਾਇਕ ਹੈ। ਹੁਣ ਇਸ ਦੀ ਵਿਆਖਿਆ ਕੀ ਅਸੀਂ ਰਾਜਨੀਤੀ ਪ੍ਰਥਾ 'ਚ ਨਹੀਂ ਕਰ ਸਕਦੇ? ਕੱਲ ਆਏ ਕੁੱਤੇ ਮੂੰਹੀ ਖਾਜ ਹੋਇਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਉਂਦੇ ਉਲਟੀ ਵਾਲ ਖੇਤ ਕਉ ਖਾਈ, ਪ੍ਰਜਾ ਅੰਧੀ ਗਿਆਨ ਬਿਨ ਕੂੜ ਕਸਤ ਮੁਖੋਂ ਆਲਾਈ। ਭਾਈ ਗੁਰਦਾਸ ਜੀ ਕਹਿ ਰਹੇ ਨੇ, ਸਾਰੇ ਕੀਰਤਨੀ ਜੱਥੇ ਇਸ ਦਾ ਕੀਰਤਨ ਕਰਦੇ ਨੇ ਕਿ ਇਸ ਦੀ ਰਾਜਨੀਤਿਕ ਵਿਆਖਿਆ 'ਤੇ ਪਾਬੰਦੀ ਲਾ ਦਿੱਤੀ ਜਾਵੇ। ਅੰਤਰਿੰਗ ਕਮੇਟੀ ਦੇ ਉੱਤੇ ਸਵਾਲ ਨੇ ਮੇਰੇ ਅਤੇ ਇਹਨਾਂ ਮੁਤਲਕ ਜਵਾਬ ਆਉਣੇ ਹੀ ਚਾਹੀਦੇ ਨੇ। ਇੱਕ ਚੁੱਪ ਸੋ ਸੁੱਖ ਜਾਂ ਸਮਾਂ ਲੰਘਾ ਦਿਓ, ਹਰ ਚੀਜ਼ ਖਤਮ ਹੋ ਜਾਂਦੀ ਹੈ। ਇਸ ਨੀਤੀ ਨੇ ਕੌਮ ਦਾ ਬੇੜਾ ਗਰਕ ਹੀ ਨਹੀਂ ਕੀਤਾ, ਕੌਮ ਦੀ ਬੇੜੀ ਡੋਬ ਕੇ ਰੱਖ ਦਿੱਤੀ ਹੈ। ਅਜਿਹੇ ਵਿਚਾਰਕਾਂ, ਅਜਿਹੇ ਸਿੱਖਾਂ, ਅਜਿਹੇ ਚਿੰਤਕਾਂ ਦੀਆਂ ਸੋਚਾਂ ਨੇ ਅਤੇ ਇਸ ਦੇ ਜਵਾਬ ਮੰਗਣੇ ਲਾਜ਼ਮੀ ਨੇ ਅਤੇ ਜਵਾਬ ਮਿਲਣੇ ਚਾਹੀਦੇ ਨੇ। ਭਾਈ ਨੰਦ ਲਾਲ ਜੀ ਤੌਸੀਫੋ ਸਨਾ 'ਚ ਬਹੁਤ ਹੀ ਸਪੱਸ਼ਟ ਤਰੀਕੇ ਨਾਲ ਕਹਿੰਦੇ ਨੇ, ਥੋੜ੍ਹਾ ਜਿਹਾ ਸੁਣੋ, ਵਿਵੇਕ ਨੂੰ ਜਗਾਓ। ਸਰੀਰੇ ਸ਼ਾਹਨ ਸ਼ਾਹੀ ਏ ਦਾਇਮਾ, ਕੁਲਾਹੇ ਸਰ ਅਫਰਾ ਜੀਏ ਜਾਵਦਾ। ਅਰਥਾਤ ਸਦਾ ਥਿਰ ਰਹਿਣ ਵਾਲੇ ਰਾਜ ਦਾ ਤਖਤ ਅਤੇ ਸਦਾ ਉੱਚਾ ਰਹਿਣ ਵਾਲਾ ਤਾਜ ਗੁਰੂ ਨਾਨਕ ਨੂੰ ਅਕਾਲ ਪੁਰਖ ਨੇ ਬਖਸ਼ਿਆ। ਹੁਣ ਇਸ ਦੀ ਰਾਜਨੀਤਿਕ ਵਿਆਖਿਆ ਭਾਈ ਨੰਦ ਲਾਲ ਜੀ ਕਰ ਗਏ। ਤੁਸੀਂ ਕਹਿੰਦੇ ਹੋ ਇਹਨਾਂ ਦਾ ਰਾਜਨੀਤਿਕ ਤੌਰ 'ਤੇ ਇਸਤੇਮਾਲ ਅਤੇ ਵਰਣਨ ਅਤੇ ਰਾਜਨੀਤੀ ਭੁਣਾਉਣ ਲਈ ਇਹ ਕੰਮ ਨਹੀਂ ਹੋਣੇ ਚਾਹੀਦੇ, ਅਤੇ ਫਿਰ ਅਸੀਂ ਇਸ ਦਾ ਕੀ ਕਰੀਏ? ਸਮਝਾ ਦਿਓ। ਮੈਂ ਥੋੜ੍ਹਾ ਜਿਹਾ ਹੋਰ ਅੱਗੇ ਚੱਲਦਾ। ਅੰਤਰਿੰਗ ਕਮੇਟੀ ਅੱਗੇ ਸਵਾਲ ਨੇ, ਕੋਈ ਰਾਹੁਲ ਗਾਂਧੀ ਦੇ ਸਮਰਥਨ 'ਚ ਨਹੀਂ ਨੇ, ਰਾਹੁਲ ਗਾਂਧੀ ਨੂੰ ਇਹ ਸਿਧਾਂਤ ਪਤਾ ਹੀ ਨਹੀਂ ਨੇ, ਉਸ ਦੀ ਗੱਲ ਅਗਲੀ ਗੱਲ ਮੈਂ ਫਿਰ ਕਰਾਂਗਾ। ਪਹਿਲਾਂ ਤਾਂ ਸਿੱਖ ਸਿਧਾਂਤਾਂ ਦੇ ਉਲਟ ਮਤਾ ਪਾਸ ਹੋਇਆ, ਇਸ ਲਈ ਮੈਂ ਬੇਨਤੀ ਕਰ ਰਿਹਾ ਕਿ ਉਸ ਮਤੇ ਨੂੰ ਵਾਪਸ ਲਿਆ ਜਾਵੇ। ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਉਸ 'ਤੇ ਗੌਰ ਕਰਨਾ ਚਾਹੀਦਾ। ਕਿਉਂ ਕਰਨਾ ਚਾਹੀਦਾ? ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1404 'ਤੇ ਆਇਆ, ਤ੍ਰਮ ਪੰਥ ਧਰਿਓ ਧਰਨੀ ਧਰ, ਆਪ
ਰਹੇ ਲਿਵ ਧਾਰ ਨਾ ਧਾਵਤ ਹੈ। ਹੁਣ ਪੰਥ ਦਾ ਹੀ ਜ਼ਿਕਰ ਬੜਾ ਸਪਸ਼ਟ ਅਤੇ ਸਿੱਧਾ ਗੁਰੂ ਗ੍ਰੰਥ ਸਾਹਿਬ ਜੀ 'ਚ ਕਰ ਦਿੱਤਾ ਗਿਆ, ਐਸਾ ਕੋਏ ਜੋ ਦੁਬਧਾ ਮਾਰ ਗਵਾਵੈ ਇਸੇ ਮਾਰ ਰਾਜ ਯੋਗ ਕਮਾਵੈ। ਹੁਣ ਰਾਜ ਯੋਗ ਕਿਹੜਾ ਕਮਾਉਣਾ ਫਿਰ ਸਿੱਖਾਂ ਨੇ? ਦੁਬਧਾ ਕਿਹੜੀ ਮਾਰਨੀ ਆਈ ਜਿਹੜੀ ਅੰਤਰਿੰਗ ਕਮੇਟੀ ਜਈ ਹੋ ਜੇ ਮਤੇ ਪਾਸ ਕਰਦੀ ਹੈ? ਫਿਰ ਗੁਰਮਤ ਰਹਿਤ ਮਰਿਆਦਾ ਜਿਹੜੀ ਆਪ ਜਾਰੀ ਕੀਤੀ, ਆਪ ਪ੍ਰਵਾਨ ਕੀਤੀ, ਉਹਨੂੰ ਖਰੜਾ ਦੱਸਦੀ ਹੈ? ਫਿਰ ਗੋਲ ਪੱਗਾਂ ਵਾਲਿਆਂ ਨੂੰ ਔਰ ਜਿਹੜੇ ਸਿੱਖ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ ਉਹਨਾਂ ਨੂੰ ਗ੍ਰੰਥੀ ਨਿਯੁਕਤ ਕਰਦੀ ਹੈ? ਉਹਨਾਂ ਨਮਿਤੀ 1399 ਅੰਕ 'ਤੇ ਹੈਗਾ, ਕੁਦਰਤ ਤਖਤ ਰਚਾਇਆ ਸੱਚ ਨਿਬੇੜਨ ਹਾਰੋ। ਅਤੇ ਕੁਦਰਤ ਨੇ ਤਖਤ ਰਚਾ ਕੇ ਦਿੱਤਾ ਹੈ, ਗੁਰਬਾਣੀ, ਗੁਰਬਾਣੀ ਤਖਤ ਸਰੂਪ ਹੈ, ਤਾਂ ਹੀ ਅਕਾਲ ਤਖਤ ਹੈ, ਬੁੰਗਾ ਸਾਹਿਬ ਹੈ, ਤਾਂ ਹੀ ਮੀਰੀ ਅਤੇ ਪੀਰੀ ਦਾ ਸਿਧਾਂਤ ਹੈ, ਤਾਂ ਹੀ ਸੰਤ ਅਤੇ ਸਿਪਾਹੀ ਦਾ ਸਰੂਪ ਹੈ। ਤੁਸੀਂ ਇਸ ਨੂੰ ਵੀ ਤੋੜਨਾ ਚਾਹੁੰਦੇ ਹੋ ਆਪਣੇ ਮਤੇ ਰਾਹੀਂ? ਤਖਤ ਬਹਿ ਤਖਤਾ ਕੀ ਲਾਇਕ, ਪੰਚ ਸਮਾਏ ਗੁਰਮਤ ਪਾਇਕ, ਤਖਤ ਸਲਾਮ ਹੋਵੇ ਦਿਨ ਰਾਤੀ, ਇਹੋ ਸਾਚ ਵਡਾਈ ਗੁਰਮਤ ਲਿਵ ਜਾਤੀ, ਅੰਗ 1339। ਇਹ ਤਾਂ ਸਾਚ ਵਡਿਆਈ ਹੈ, ਗੁਰਮਤ ਲਿਵ ਜਾਤੀ ਹੈ। ਤਖਤ ਸਲਾਮ ਹੋਵੇ ਦਿਨ ਰਾਤੀ, ਤੁਸੀਂ ਇਸ ਦੀ ਕੀ ਵਿਆਖਿਆ ਫਿਰ ਕਰੋਗੇ? ਅੰਤਰਿੰਗ ਕਮੇਟੀ ਇਸ ਦਾ ਜਵਾਬ ਦੇ, ਧਰਮ ਪ੍ਰਚਾਰ ਕਮੇਟੀ ਵੀ ਇਸ ਦਾ ਜਵਾਬ ਦੇ, ਕਿਉਂਕਿ ਉਹ ਵੀ ਹਿੱਸੇਦਾਰ ਇਸ ਬਣ ਕੇ ਬੈਠਦੀ ਹੈ। ਔਰ ਜੇ ਸ੍ਰੀ ਅਕਾਲ ਤਖਤ ਸਾਹਿਬ ਇਸ 'ਤੇ ਨੋਟਿਸ ਨਹੀਂ ਲੈਂਦੇ ਤਾਂ ਫਿਰ ਉਹ ਵੀ ਜਵਾਬ ਦੇ ਨੇ, ਉਹਨਾਂ ਨੂੰ ਵੀ ਜਵਾਬ ਦੇਣਾ ਚਾਹੀਦਾ। ਥੋੜ੍ਹੀ ਜਿਹੀ ਮੈਂ ਹੋਰ ਗੱਲ ਅੱਗੇ ਤੋਰ ਦਿੰਦਾ, ਤੋਰਨੀ ਬੜੀ ਜ਼ਰੂਰੀ ਜੇ। ਨਾਨਕ ਰਾਜ ਚਲਾਇਆ ਸੱਚ ਕੋਟ ਸਤਾਨੀ ਨੀਂਦਾ, ਲਹਿਨੇ ਧਰਿਓਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਂਦਾ, ਮਤ ਗੁਰ ਆਤਮ ਦੇਵ ਖੜਗ ਜੋਰ ਪਰਕੋਏ ਜੀਮ ਜੀਂਦਾ। ਹੁਣ ਸੱਤੇ 'ਤੇ ਬਲਵੰਡ ਦੀ ਵਾਰ ਹੈ, ਅੰਕ 933 'ਤੇ ਹੈ। ਤੂੰ ਤਾਂ ਜਨਕ ਰਾਜਾ ਅਵਤਾਰ, ਬੜਾ ਸਪਸ਼ਟ ਕਿਹਾ, ਤੂੰ ਤਾਂ ਜਨਕ ਰਾਜਾ ਅਵਤਾਰ, ਸਬਦ ਸੰਸਾਰ ਸਾਰ ਰਹੇ ਜਗਤ ਜਲ ਪਦਮ ਵਿਚਾਰ, ਬੜਾ ਸਪਸ਼ਟ ਹੈ। ਹਰੇ ਹਾਂ ਨਾਨਕ ਕਸਮਲ ਜਾਹੇ ਨਾਈਐ ਰਾਮਦਾਸ ਸਰ, ਅਗਲੇ ਤੁਕ 'ਤੇ ਗੌਰ ਕਰਿਆ ਜੇ, ਰਾਜ ਯੋਗ ਤਖਤ ਦੀਨ ਗੁਰ ਰਾਮਦਾਸ। ਫਿਰ ਅੱਗੇ ਹੀ ਕੋਰ ਜੇ, ਸਭ ਵਿਧ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ, ਰਾਜ ਯੋਗ ਤਖਤ ਦੀਨ ਗੁਰ ਰਾਮਦਾਸ, ਅੰਗ 1339। ਹੁਣ ਬੜੀ ਵੱਡੀ ਅਤੇ ਸਿੱਧੀ ਗੱਲ ਗੁਰੂ ਮਹਾਰਾਜ ਜੀ ਨੇ ਆਖ ਦਿੱਤੀ, ਇੱਕ ਓਹੰਕਾਰ ਸਤਨਾਮ ਕਰਤਾ ਪੁਰਖ, ਅੱਗੇ ਜੇ ਨਿਰਭਾਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਬੰਗ ਗੁਰਪ੍ਰਸਾਦ। ਸਹਿਬੰਗ ਮਤਲਬ ਜੇ ਸੋਵਰਨਿਟੀ, ਆਪਣੇ ਆਪ ਤੋਂ ਮਿਲੀ ਸੋਵਰਨਿਟੀ, ਅਕਾਲ ਬਿੰਦ ਵਜੋਂ ਮਿਲੀ ਸੋਵਰਨਿਟੀ,
ਹੁਣ ਉਹ ਸਾਵਰਨਿਟੀ ਦਾ ਸੰਬੰਧ ਤਾਂ ਰਾਜ ਨਾਲ ਹੀ ਹੈ ਨਾ, ਹਰ ਤਰ੍ਹਾਂ ਦੀ ਸਾਵਰਨਿਟੀ ਹੈ। ਔਰ ਜੇ ਅੰਤਰਿੰਗ ਕਮੇਟੀ ਅਜਿਹੇ ਮਤੇ ਪਾਸ ਕਰ ਦੇਗੀ ਸਿੱਖ ਨਲਾਇਕੀ 'ਚ ਚੁੱਪ ਰਹਿਣਗੇ ਜਾਂ ਇੱਕ ਚੁੱਪ ਸੋ ਸੁੱਕ ਕੇ, ਅਸੀਂ ਤਾਂ ਫਿਰ ਕੱਲ੍ਹ ਨੂੰ ਸਵਾਰਥ ਵੀ ਆਪਣੇ ਪੂਰੇ ਕਰਨੇ ਨੇ, ਜਾਂ ਸਮਾਂ ਲੰਘਾ ਦਿਓ ਜੀ ਗੱਲ ਆਪੇ ਰਹਿ ਜਾਂਦੀ ਹੈ, ਅਜਿਹੀ ਭਾਵਨਾ 'ਚ ਆ ਜਾਣਗੇ ਤਾਂ ਫਿਰ ਸਿੱਖ ਆਤਮ ਹੱਤਿਆ ਕਰਦੇ ਵੀ ਨੇ, ਕਰਾਉਂਦੇ ਵੀ ਨੇ, ਅਤੇ ਧਰਮ ਦੀ ਬੇਅਦਬੀ ਵੀ ਕਰਵਾਉਂਦੇ ਨੇ। ਅੰਤਰੀ ਕਮੇਟੀ ਦੇ ਇਸ ਫੈਸਲੇ 'ਤੇ ਮੈਨੂੰ ਬਹੁਤ ਵੱਡਾ ਇਤਰਾਜ਼ ਹੈ ਅਤੇ ਹਰ ਇੱਕ ਸਿੱਖ ਨੂੰ ਹੋਣਾ ਚਾਹੀਦਾ, ਕਿਉਂਕਿ ਗੁਰਮਤ ਅਤੇ ਗੁਰਬਾਣੀ ਦੀ ਜੋ ਵਿਆਖਿਆ ਹੈ, ਸੋਚ ਹੈ, ਉਸ ਨੂੰ ਇਹ ਨਾ ਵਾਚੀ 'ਚ ਲਿਜਾ ਕੇ ਖਤਮ ਕਰਦਾ ਮਤਾ। ਸ੍ਰੀ ਰਾਹੁਲ ਗਾਂਧੀ ਨੂੰ ਇੰਨੀ ਸਮਝ ਨਹੀਂ ਹੈ, ਉਸਨੇ ਤਾਂ ਅਭੈ ਮੁਦਰਾ ਦੀ ਗੱਲ ਜਿਹੜੀ ਕੀਤੀ ਉਹ ਨਿਰਭਉ ਅਤੇ ਨਿਰਵੈਰ ਦੇ ਹਿਸਾਬ ਨਾਲ ਕੀਤੀ, ਬਈ ਗੁਰੂ ਸਾਹਿਬ ਕਹਿੰਦੇ ਨੇ ਨਾ ਮੈਂ ਕਿਸੇ ਤੋਂ ਡਰਦਾ ਨਾ ਮੈਂ ਕਿਸੇ ਨੂੰ ਡਰਾਉਂਦਾ। ਹੁਣ ਕੀ ਇਹ ਸਿਧਾਂਤ ਰਾਜਨੀਤੀ ਦਾ ਜਾਂ ਗਵਰਨੈਂਸ ਦਾ ਜਾਂ ਸਰਕਾਰ ਦਾ ਜਾਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਦਾ ਬਣਾਉਣਾ ਗਲਤ ਹੈ ਕਿ ਗੁਰਬਾਣੀ ਦੀ ਵਿਆਖਿਆ ਅਨੁਸਾਰ ਨਾਨਕਸ਼ਾਹੀ ਪ੍ਰਣਾਲੀ ਦੀ ਫਿਰ ਗੱਲ ਕਰਨਾ ਗਲਤ ਹੈ? ਅੰਤਰਿੰਗ ਕਮੇਟੀ ਦਾ ਮਤਾ ਕਹਿੰਦਾ ਹਾਂ ਇਹ ਗਲਤ ਹੈ। ਅੰਤਰਿੰਗ ਕਮੇਟੀ ਨੂੰ ਮਤਾ ਤਾਂ ਪਾਉਣਾ ਚਾਹੀਦਾ ਸੀ ਔਰ ਅਸੀਂ ਹਿਮਾਇਤ ਕਰਦੇ, ਜਿਹੜੀ ਕਿ ਕੁਤਾਹੀ ਰਾਹੁਲ ਗਾਂਧੀ ਨੇ ਕੀਤੀ ਹੈ, ਜਿਸ ਵਾਲੇ ਪਾਸੇ ਕੋਈ ਵੀ ਸਿੱਖ ਸੰਸਥਾ ਨਹੀਂ ਬੋਲੀ, ਕੋਈ ਵੀ ਸਿੱਖ ਚਿੰਤਕ ਨਹੀਂ ਬੋਲਿਆ। ਮੁੱਦਾ ਅਸਲ ਹੈ ਜੇ ਕਿ ਕੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਕੋਈ ਕਲਪਤ ਫੋਟੋ ਹੈ ਜਿਹਨੂੰ ਗੁਰੂ ਕਿਹਾ ਜਾ ਸਕੇ? ਫੋਟੋਆਂ 'ਤੇ ਪ੍ਰਤੀਬੰਧ ਲੱਗਣਾ ਚਾਹੀਦਾ, ਇਹ ਮੁੱਦਾ ਚੁੱਕਣ ਦੀ ਲੋੜ ਸੀ। ਸਿੱਖਿਆਵਾਂ ਦਾ ਮੁੱਦਾ ਚੁੱਕਣ ਦੀ ਲੋੜ ਨਹੀਂ ਸੀ। ਫੋਟੋਆਂ 'ਤੇ, ਮੂਰਤੀਆਂ 'ਤੇ ਪ੍ਰਤੀਬੰਧ ਲੱਗਣਾ ਚਾਹੀਦਾ। 10 ਗੁਰੂ ਸਾਹਿਬਾਨ ਦੀਆਂ ਫੋਟੋਆਂ ਅਤੇ ਮੂਰਤੀਆਂ ਪ੍ਰਤੀਬੰਧਿਤ ਹੋਣੀਆਂ ਚਾਹੀਦੀਆਂ ਨੇ। ਸਿੱਖਾਂ ਨੂੰ ਸਿਰ ਧੜ ਦੀ ਬਾਜ਼ੀ ਲਾ ਦੇਣੀ ਚਾਹੀਦੀ ਹੈ ਕਿ ਉਹਨਾਂ ਦੇ ਗੁਰੂ ਦੀ ਨਾ ਕੋਈ ਫੋਟੋ ਬਣੇਗੀ ਨਾ ਮੂਰਤੀ ਬਣੇਗੀ। ਕੀ ਸ਼ਬਦ ਗੁਰੂ ਦੀ ਅਤੇ ਗੁਰਮੂਰਤ ਗੁਰ ਸ਼ਬਦ ਹੈ ਦੇ ਸਿਧਾਂਤ ਦੀ ਪਥਗਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ, ਧਰਮ ਪ੍ਰਚਾਰ ਕਮੇਟੀ ਹੈ, ਸਾਰਾ ਡੇਰਾਵਾਦ ਸੰਤ ਸਮਾਜ ਅਤੇ ਸਿੱਖ ਪਰਿਵਾਰ ਬਣ ਸਕਦੇ ਨੇ? ਘਰਾਂ 'ਚੋਂ ਮੂਰਤੀਆਂ ਅਤੇ ਕੈਲੰਡਰਾਂ 'ਤੇ ਛਪੀਆਂ ਹੋਈਆਂ ਕਲਪਤ ਫੋਟੋਆਂ ਨੂੰ ਫਾੜ ਕੇ ਸੁੱਟ ਸਕਦੇ ਨੇ? ਜੇ ਹਾਂ ਤਾਂ ਉਹ ਤੁਰੋਂ ਸਿੱਖ ਨੇ, ਤਾਂ ਉਹ ਸੰਕਲਪ ਦੇ ਸਿੱਖ ਨੇ, ਤਾਂ ਗੁਰੂ ਨਾਨਕ ਦੇ ਸਿਧਾਂਤ ਨੂੰ ਮੰਨਣ ਵਾਲੇ ਨੇ, ਤਾਂ ਹੀ ਉਹ ਨਾਨਕਸ਼ਾਹੀ ਪ੍ਰਣਾਲੀ 'ਤੇ ਤੁਰਨ ਵਾਲੇ ਨੇ। ਜੇ ਅੰਤਰਿੰਗ ਕਮੇਟੀ ਇਹ ਮਤਾ ਪਾਸ ਕਰਦੀ ਕਿ ਸ਼੍ਰੀ ਰਾਹੁਲ ਗਾਂਧੀ ਗੁਰਬਾਣੀ ਦੀ ਤੁੱਕ ਪੜ੍ਹ ਸਕਦੇ ਸਨ, ਕਹਿ ਸਕਦੇ ਸਨ, ਪਰ ਉਹ ਫੋਟੋ ਨਹੀਂ ਦਿਖਾ ਸਕਦੇ ਕਿਉਂਕਿ ਫੋਟੋਆਂ ਸਿੱਖ ਕੌਮ ਵਿੱਚ, ਸਿੱਖ ਧਰਮ ਵਿੱਚ ਗੁਰੂ ਸਾਹਿਬਾਨ ਦੀਆਂ ਪ੍ਰਤੀਬੰਧਿਤ ਨੇ ਅਤੇ ਕਿਸੇ ਫੋਟੋ ਨੂੰ ਅਸੀਂ ਮਾਨਤਾ ਨਹੀਂ ਦਿੰਦੇ ਅਤੇ ਇਹ ਸਾਰੀਆਂ ਕਲਪਤ ਨੇ, ਤਾਂ ਗੱਲ ਮੰਨੀ ਜਾਂਦੀ, ਪਰ ਅਜਿਹਾ ਕਹਿਣ ਦੀ ਜ਼ਰੂਰਤ ਨਾ
ਸ੍ਰੀ ਅਕਾਲ ਤਖ਼ਤ 'ਤੇ ਬਿਰਾਜਮਾਨ ਵਿਅਕਤੀਆਂ ਦੀ ਜੇ ਨਾ ਤਖ਼ਤਾਂ 'ਤੇ ਬਿਰਾਜਮਾਨ ਵਿਅਕਤੀਆਂ ਦੀ ਹੈ, ਨਾ ਸਿੰਘ ਸਾਹਿਬਾਨਾਂ ਦੀ ਹੈ, ਨਾ ਡੇਰਾਵਾਦ ਟਕਸਾਲਾਂ ਦੀ ਜੇ, ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਹੈ, ਨਾ ਹੀ ਸਮੁੱਚੇ 170 ਮੈਂਬਰਾਂ ਦੀ ਜੇ, ਅਤੇ ਨਾ ਹੀ ਧਰਮ ਪ੍ਰਚਾਰ ਕਮੇਟੀ ਦੀ ਜੇ। ਦੁਬਿਧਾ ਮਾਰ, ਇਹ ਹੀ ਦੁਬਿਧਾ ਹੈ ਜਿਹਨੂੰ ਮਾਰਨੀ ਪੈਣਾ। ਜਾਤਵਾਦ ਦੀ ਦੁਬਿਧਾ, ਫੋਟੋਵਾਦ ਦੀ ਦੁਬਿਧਾ, ਦੇਹ ਧਾਰ ਨੂੰ ਇਹੋ ਸਭ ਤੋਂ ਪਹਿਲਾਂ ਮੂਲ ਕਿੱਲਾ ਗੱਡਦੀਆਂ ਨੇ, ਪਰ ਇਹਨਾਂ ਦਾ ਵਿਰੋਧ ਨਹੀਂ ਕੀਤਾ ਗਿਆ। ਵਿਰੋਧ ਕੀਤਾ ਗਿਆ ਸਿਧਾਂਤਾਂ ਦਾ, ਸੰਕਲਪਾਂ ਦਾ, ਜਿਹੜਾ ਕਿ ਗਲਤ ਹੈ। ਮੈਂ ਇਹ ਠੋਕ ਕੇ ਕਹਿਣਾ ਚਾਹੁੰਦਾ, ਹਰ ਸਿੱਖ ਨੂੰ ਕਹਿਣਾ ਚਾਹੁੰਦਾ, ਉਹਨਾਂ ਨੂੰ ਇਸ ਚੀਜ਼ 'ਤੇ ਵਿਚਾਰ ਕਰਨੀ ਚਾਹੀਦੀ ਹੈ, ਸਿੱਖ ਵਿਦਵਾਨਾਂ ਨੂੰ ਇਸ ਚੀਜ਼ 'ਤੇ ਵਿਚਾਰ ਕਰਨੀ ਚਾਹੀਦੀ ਹੈ, ਅਤੇ ਜਿਹੜੇ ਚੀਜ਼ਾਂ ਪ੍ਰਤੀਬੰਧਿਤ ਨੇ ਉਹਨਾਂ 'ਤੇ ਪ੍ਰਤੀਬੰਧ ਲਾਉਣ ਦੀ ਜਾਗਰੂਕਤਾ ਦਿਖਾਉਣੀ ਚਾਹੀਦੀ ਹੈ, ਅਤੇ ਸੰਕਲਪਾਂ, ਸਿਧਾਂਤਾਂ ਅਤੇ ਜੋ ਸਿੱਖੀ ਸੱਭਿਅਤਾ ਅਤੇ ਸੱਭਿਆਚਾਰ ਦਾ ਅੰਗ ਨੇ ਚੀਜ਼ਾਂ, ਉਹਨਾਂ ਦੇ ਪ੍ਰਚਾਰ ਪ੍ਰਸਾਰ ਚਾਹੇ ਦੁਸ਼ਮਣ ਵੀ ਕਰੇ, ਉਸ 'ਤੇ ਰੋਕ ਨਹੀਂ ਲਾਉਣੀ ਚਾਹੀਦੀ। ਮੇਰੀ ਇਤਨੀ ਬੇਨਤੀ ਨੂੰ ਪ੍ਰਵਾਨ ਕਰਿਆ ਜੇ। ਜੇ ਵੀਡੀਓ ਤੁਹਾਨੂੰ ਠੀਕ ਲੱਗੀ ਹੈ ਤਾਂ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਜੇ, ਅਤੇ ਹਰ ਇੱਕ ਸਿੱਖ ਨਾਲ ਪਹੁੰਚਾ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।